मिंट मार के लेके डंडे लेके आ रहे हैं। अच्छा अच्छा अच्छा, अस्सलाम वालेकुम जी। मैं एक मिनट खो जा गाइस, वेलकम बैक टू आवर चैनल। मैं पंजाबी रियल टीवी, मैं दर्शनजीत सिंह, मैं ਦਿਲਪ੍ਰੀਤ ਕੌਰ। ਸੋ ਅੱਜ ਦੀ ਜਿਹੜੀ ਵੀਡੀਓ ਦੇ ਵਿੱਚ ਦੇਖਾਂਗੇ ਰਾਣਾ ਇਜਾਜ਼ ਭਾਜੀ ਤੇ ਨਾਲ ਸ਼ਕੀਲ ਰਾਜਾ ਭਾਜੀ ਤੇ ਨਾਲ ਉਹਨਾਂ ਦੇ ਇੱਕ ਜਿਹੜੇ ਹੋਰ ਹੁੰਦੇ ਆ, ਉਹ ਵੇਚਣ ਦੇ ਆ ਸਬਜ਼ੀ। ਸਬਜ਼ੀ ਦਾ ਬਈ ਸਾਡੇ ਦਾ ਇੱਧਰ ਲੱਗੀ ਪਈ ਆ ਅੱਗ, ਠੀਕ ਹੈ, ਤੇ ਤੁਹਾਡੇ ਉੱਧਰ ਲੱਗੀ ਆ ਅੱਗ ਕਿ ਨਹੀਂ? ਮੈਨੂੰ ਥੱਲੇ ਦੱਸ ਦਿਓ ਕਮੈਂਟ ਕਰਕੇ ਕਿ ਲੱਗੀ ਹੈ ਅੱਗ ਕਿ ਨਹੀਂ, ਮਤਲਬ ਮਹਿੰਗੀ ਹੈ ਕਿ ਨਹੀਂ। ਹਾਂ ਚਲੋ ਵੀਡੀਓ ਕਰਦੇ ਬਿਨਾਂ ਕਿਸੇ ਤੋਂ ਸ਼ੁਰੂ। ਚੈਨਲ ਕਰ ਲਓ ਆਪਣਾ ਸਬਸਕ੍ਰਾਈਬ, ਚੱਕ ਦੋ ਫਟੇ ਨੱਪ ਦੋ ਕਿੱਲੀ, ਸਵੇਰ ਜਲੰਧਰ ਸ਼ਾਮ ਨੂੰ ਦਿੱਲੀ। ਚਲੋ ਚਲੋ ਵੀਡੀਓ ਕਰਦੇ ਸ਼ੁਰੂ। ਆ ਜੀ और मैं पहले भी किया कि मिर्च जी ताज़ी वो दानू दिया कर। आलू की भाव देते उन्हें बोरी, उनका दो बोरियां और साडू ना पहुंचा दे। हुन हिसाब हफ्ते बाद ही करना पड़ा। उधर वेखा के इधर वेखा, जिधर मर्जी वेख लो, अपनी ही हैं दोनों। आ नरम ला दे टमाटर जड़े ना इधर, नरम हांडी च भी नरम ही होने आ जी जाके, ते फिर फटी फट के सारे नरम कर दे। यार भाजी तू तो गुस्सा ही कर जाना। ओ यार मतलब गाहक नूं अगला वेखदा, उत्तों चक के वेखदा माल, जदों उहनूं नरम लगदा तां छड्ड के तुर पैंदा। मैं तां कहने आ तैनूं मटर चंगे नहीं हैगे भाई, है ना। ढेरी तां नूं करो यार माड़ी जी अगों। मैं सोची नहीं मंडी च कोई भी नहीं आया कि शेर रात दा टाइम ना बिल्कुल। हां वैसे पर गैस करके सवेरे से टाइम है, रात दा टाइम है। ताजी है जी सर, लगी भाजी मैं सिर सिर 4 बजे दा टाइम है ना। मेनू भी यही लगन डे भी सवेरे दा टाइम है, रात दा नहीं है, क्योंकि रात ਨੂੰ ਤਾਂ ਬਹੁਤ ਰਸ਼ ਹੁੰਦਾ ਹੈ ਨਾ ਮੰਡੀ ਚ। ਤਾਂ ਨਰਮ ਨੇ ਜਰਾ ਟਮਾਟਰ ਆ ਵੇਖੋ, ਸਖਤ ਵੀ ਹੈ ਭਾਜੀ, ਇਹ ਨਰਮ ਹੀ ਹੁੰਦਾ ਭਾਜੀ ਟਮਾਟਰ। ਇਹ ਤੁਹਾਨੂੰ ਪਤਾ ਬਹੁਤੇ ਬਚਦੇ ਨੇ, ਆਪਾਂ ਤਾਜ਼ਾ ਲਿਆਈਦਾ, ਵਿੱਚ ਫਿਰ ਦੱਬ ਆਈ ਜਾਂਦੀ ਮਾੜੀ ਮੋਟੀ ਭਾਜੀ, ਪੇਟੀਆਂ ਚ ਲੱਗਾ ਹੁੰਦਾ ਜੀ। ਇਹ ਕਿਹੜਾ ਆ ਚੈੱਕ ਕਰੋ ਆ ਵਿਆਹ ਆ ਤੇ ਕੋਈ ਨਹੀਂ ਇਨਸ਼ਾਅੱਲਾ ਤੁਹਾਨੂੰ ਚੰਗਾ ਵਿਆਹ ਆ ਤੇ। ਲੇਕਿਨ ਸਬਜ਼ੀ ਮੈਨੂੰ ਤਾਜ਼ਾ ਚਾਹੀਦੀ ਯਾਰ, ਤਾਜ਼ੀ ਦੇ ਦੇਣਗੇ। ਤਾਜ਼ੀ ਲੱਗੀ ਭਾਈ ਆ ਟਮਾਟਰਾਂ ਦੀਆਂ ਟੋਕਰੀਆਂ 2 ਪਈਆਂ ਵੀ ਆ, ਉਹ ਚੋਂ ਦੇ ਦੇਣਾ ਤੁਹਾਨੂੰ। ਨਹੀਂ ਮੈਂ ਇਹ ਕਹਿਣਾ ਕਿ ਵਿਆਹ ਹੈਗਾ ਪਰਸੋਂ, ਤੇ ਤਾਜ਼ੀ ਸਬਜ਼ੀ ਜਿਹੜੀ ਆ ਉਹ ਲਿਆ ਦਿਓ, ਮਿਲ ਜੇਗੀ। ਵਿਆਹ ਵਾਸਤੇ ਚਾਹੀਦੀ? ਹਾਂਜੀ ਵਿਆਹ ਵਾਸਤੇ ਆ ਤੇ ਕੋਈ ਨਹੀਂ ਆ ਤੇ ਮਿਲ ਜੂਗੀ ਭਾਈ। ਅਦਰਕ ਲਸਣ ਵੀ ਸਾਰਾ ਕੁਝ ਮਿਲ ਜੇਗਾ, ਅਦਰਕ ਲਸਣ ਆਲੂ ਕੀ ਆ ਹਰ ਸ਼ੈ ਪਈ ਆ, ਪਿਆਜ਼ ਲੱਗਾ ਸਾਰਾ, ਅਦਰਕ ਪਿਆਜ਼ ਸਿੰਧ ਹੈ, ਸਿੰਧ ਦਾ ਪਿਆਜ਼ ਭਾਈ, ਸਿੰਧ ਦਾ ਸੁੱਕਾ ਸਾਰਾ, ਸਿੰਧ ਤੋਂ ਆਇਆ ਹੈ। ਸਾਡੇ ਚੱਲਦਾ ਨਾਸਿਕ ਵਾਲਾ। ਰੁਪਈਏ ਤੋਂ ਵੱਧ ਮੰਗ ਲਈਦੇ ਆ, ਸੌਦਾ ਖਰਾ ਦੇਈਦਾ ਭਾਜੀ, ਤੇ ਰੇਟ ਮੁਨਾਸਬ ਲੱਗੇਗਾ। 80 ਰੁਪਏ ਕਿਲੋ ਆ ਪਿਆਜ਼ ਭਾਜੀ। ਨਹੀਂ ਨਹੀਂ ਸਾਰੀ ਸਬਜ਼ੀ ਦਾ ਮੈਨੂੰ ਰੇਟ ਮੁਨਾਸਬ ਲੱਗੇਗਾ ਨਾ। ਉਹ ਭਾਜੀ ਕਰ ਲਵਾਂਗੇ ਭਾਜੀ, ਰੇਟ ਕਰ ਲਾਂਗੇ, ਤੁਸੀਂ ਜੋ ਚਾਹੀਦਾ ਸੌਦਾ ਬਿਸਮਿਲ੍ਲਾ ਪਸੰਦ ਕਰੋ। ਕੀ ਚਾਹੀਦਾ ਦੱਸੋ, ਕਿੰਨਾ ਚਾਹੀਦਾ? ਆ ਇਹਨੂੰ ਵੀ ਜ਼ਰਾ ਭਾਜੀ ਸਿੱਧਾ ਕਰੋ, ਜ਼ਰਾ ਛੱਡ ਦਿਓ। ਕਦੋਂ ਆ ਜੀ ਵਿਆਹ? ਮੰਡੀ ਜਾਣੇ ਤੁਸੀਂ? ਆਪ ਜਾਣੇ ਮੰਡੀ? ਆਪ ਜਾਈਦਾ ਜੀ ਭਾਜੀ, ਅਸੀਂ ਸਾਰਾ ਮੰਡੀੋਂ ਲੈ ਕੇ ਆਈਦਾ। ਅਸੀਂ ਭਾਜੀ ਤੁਸੀਂ ਵਿਆਹ ਤੇ ਮੰਡੀ 'ਚ ਜਾਓ ਨਾ, ਸਬਜ਼ੀ ਲੈਣਾ ਉਹ ਨਹੀਂ ਲਈਦਾ, ਠੇਲਿਆਂ ਤੋਂ ਨਹੀਂ ਲਈਦਾ ਜੀ। ਹਾਂ ਸਾਰਾ ਆਪ ਜਾਈਦਾ, ਮਾਲ ਚੁਗਵਾ ਲੈ ਕੇ ਆਈਦਾ ਸੋਹਣਾ। ਅਸੀਂ ਭਾਜੀ ਸਧਾਰਨ ਮੰਡੀ ਜਾਈਦਾ, ਉੱਥੋਂ ਲਿਆਈਦਾ ਸਹੀ। ਐਂਡ ਦੇ ਇਹਨਾਂ ਨੇ ਕੋਈ ਬੰਬ ਕੱਢਣਾ ਨਾ, ਪੁੱਛਿਆ ਸੀ ਬੰਦਿਆਂ ਨੂੰ ਕਿ ਕੀ ਮਾਮਲਾ ਹੈ, ਸਬਜ਼ੀ ਵਾਲੇ ਚੰਗੇ ਬੰਦੇ ਕਿਹੜੇ ਆ। ਉਹਨਾਂ ਨੇ ਤੁਹਾਡਾ ਦੱਸਿਆ, ਕਹਿੰਦੇ ਜੀ ਟੁੱਡੀ ਵਾਲੇ ਜਿਹੜੀ ਸਕੂਲ ਦੀ ਕੰਧ ਆ ਨਾ, ਹਾਂਜੀ ਉਹਦੇ ਨਾਲ ਦੁਕਾਨ ਆ ਭਾਜੀ। 20 ਸਾਲ ਹੋ ਗਏ ਇੱਥੇ ਬੈਠੇ ਆ, ਅਲਹਮਦੁਲਿਲਾ ਸਾਰਾ ਪਿੱਛੇ ਮਹੱਲਾ ਵੀ ਇੱਥੋਂ ਲੰਘਦੇ ਹੁੰਦੇ, ਗੱਡੀਆਂ ਗੁੱਡੀਆਂ ਵਾਲੇ ਸਾਰੇ ਇੱਥੋਂ ਆਪਣੇ ਕੋਲ ਲੈ ਕੇ ਜਾਂਦੇ। ਬਸ ਇਹ ਆ ਕਿ ਵਿਆਹ ਦੇ ਉੱਤੇ ਨਾ ਲੋਕੀ ਇਹ ਗੱਲ ਕਹਿਣ ਕਿ ਬਈ ਸਬਜ਼ੀ ਤੇ ਇੰਜ ਲੱਗਦਾ ਕਿ ਹੁਣੇ ਤੋੜ ਕੇ ਪਕਾਈਏ ਭਾਜੀ। ਆਪਣੇ ਕੋਲ ਜਿਹੜੀ ਬਾਸੀ ਸਬਜ਼ੀ ਹੋ ਜਾਂਦੀ ਨਾ, 2 ਦਿਨ ਲੰਘ ਜਾਂਦੇ, ਆਪਾਂ ਚੱਕ ਦੇਈਦੀ ਹੈ, ਠੀਕ ਹੈ। ਰੋਜ਼ ਸਵੇਰੇ ਮੰਡੀ ਜਾਈਦੀ ਆ, ਤਾਜ਼ੀ ਸਬਜ਼ੀ ਲੈ ਕੇ ਆਈਦੀ ਆ, ਉਦੋਂ ਦੁਕਾਨਦਾਰੀ ਨਹੀਂ ਰਹਿ ਬਚਦੇ ਹੀ ਨਹੀਂ ਜੀ ਸਬਜ਼ੀ। ਇਸ ਟਾਈਮ ਵੇਲੇ ਹੋਈਦਾ ਸਬਜ਼ੀ ਵੇਚ ਕੇ। ਅੱਛਾ ਮਾਲ ਦੇ ਰੇਟ ਵੀ ਮੁਨਾਸਬ ਜੀ ਇਸ ਟਾਈਮ, ਫਿਰ ਰਾਤ ਹੀ ਹੈ। ਚਲੋ ਤੇ ਕੱਲ ਰਾਤ ਨੂੰ ਲਿਆ ਦਿਓ। ਚਾਹੀਦੀ ਕਿੰਨੀ ਆ ਭਾਜੀ ਇਹ ਦੱਸੋ? ਕਿਲੋ ਕਿਲੋ ਕੱਦੂ ਸ਼ਰੀਫ ਮਾਸ਼ਾਅੱਲਾ ਦਿਖਾ ਯਾਰ ਭਾਜੀ। ਹਾਂਜੀ ਹਾਂਜੀ ਅੱਛਾ ਟਿੰਡੇ ਜਿਹੜੇ ਨਾ, ਟਿੰਡੇ ਹਾਂਜੀ ਟਿੰਡੇ ਉਹ ਜ਼ਰਾ ਲਹਿਰੇ ਲਹਿਰੇ ਹੋਣ ਜ਼ਰਾ। ਹਾਂਜੀ ਮਤਲਬ ਕਿ ਪੱਕਾ ਨਾ ਹੋਵੇ, ਪੱਕਾ ਨਹੀਂ ਛੋਟੇ ਛੋਟੇ ਦੇ। ਹਾਂਜੀ ਹਾਂਜੀ ਪੱਕੇ ਬੀਜ ਦਾ ਕੀ ਕੰਮ ਹੈ ਜੀ ਸਾਡੇ? ਆਲੂ ਮਿੱਠੇ ਤਾਂ ਨਹੀਂ ਹੋਣਗੇ? ਨਹੀਂ ਭਾਜੀ ਨਵੇਂ ਆਲੂ ਆ ਸਾਰੇ, ਆਹੋ ਨਾ ਹੋਵੇ ਆਲੂ ਪਕਾਈਏ ਤਾਂ ਆਲੂ ਮਿੱਠੇ ਹੋ ਜਾਣ ਸਾਰੇ। ਨਹੀਂ ਜੀ ਨਹੀਂ ਭਾਜੀ ਆ ਵੇਖੋ ਨਾ, ਨਵਾਂ ਆਲੂ ਜਿਹਦੀ ਛਿੱਲ ਲੱਤੀ ਹੋਵੇ ਨਾ, ਮਿੱਠੇ ਸਵਾਦ ਨਾ ਦਿੰਦੇ ਸਬਜ਼ੀ ਦੇ। ਨਹੀਂ ਨਹੀਂ ਮੈਂ ਸਮਝ ਗਿਆ, ਉਹ ਕਹਿੰਦਾ ਫਿੱਕੇ ਆ, ਦੂਜਾ ਕਹਿੰਦਾ ਹਾਂਜੀ ਠੀਕ ਹੈ ਵਧੀਆ। ਉਹ ਹੋਰ ਟੰਗ ਨਾਲ ਗਿਆ ਤਾਂ ਕਰਕੇ। ਓਕੇ ਚਲੋ ਵੈਸੇ ਆਲੂ ਮਿੱਠੇ ਸਵਾਦ ਨਾ ਲੱਗਣਗੇ ਸਾਨੂੰ, ਕੀ ਤੁਹਾਨੂੰ ਪਤਾ ਨਹੀਂ ਇਸ ਚੀਜ਼ ਦਾ। ਉਹ ਆਲੂ ਨਵਾਂ ਹੁੰਦਾ ਬਸ, ਠੀਕ ਹੈ। ਆਲੂ ਵੀ ਨਵਾਂ ਤੇ ਟਿੰਡੇ ਲਹਿਰੇ ਲਹਿਰੇ ਜੇ ਨਿੱਕੇ ਨਿੱਕੇ ਜੇ ਠੀਕ ਕੂਲਾ ਕੂਲਾ ਜਾ ਆ ਟਿੰਡਿਆਂ ਦੀ ਬੋਰ ਤੁਹਾਨੂੰ ਦੱਸੂਗੀ ਬਿਤਾ ਦੇ ਅਜੀ ਲੋਈ ਦੱਸਦੀ ਤੁਹਾਨੂੰ ਬਿਤਾ ਦੇ ਆ ਟਿੰਡੇ ਬਿਲਕੁਲ ਬਿਲਕੁਲ ਆਪਣੇ ਕੋਲ ਦੀ ਮਿਹਰਬਾਨੀ ਨਾਲ ਜਿੰਨਾ ਵੀ ਆ ਸਬਜ਼ੀ ਸਾਰੀ ਤਾਜ਼ੀ ਹੁੰਦੀ ਹੈ ਬਿਲਕੁਲ ਸਹੀ ਹੈ ਬਿਲਕੁਲ ਸਹੀ ਵਿਆਹ ਆ ਤੇ ਵਿਆਹ ਤੇ ਇਹ ਆ ਕਿ ਪਰੌਣਿਆਂ ਨੂੰ ਇੱਕ ਵਾਰੀ ਲੱਗ ਪਤਾ ਜਾਵੇ ਕਿ ਸਬਜ਼ੀ ਜਿਹੜੀ ਆ ਨਾ ਜੀ ਖਾਦੀ ਆ ਦੁਆਵਾਂ ਹੀ ਆ ਅੱਲਾ ਖੈਰ ਭਾਈ ਅੱਲਾ ਖੈਰ ਕਿਹੜਾ ਮੁੰਡੇ ਦਾ ਜੀ ਵਿਆਹ मुंडे दा जी मुंडे दा ब्याह अल्लाह पाक खैर करे किन्नी चाहिदी किन्नी सब्जी सब्जी पाइया चाहिदी है जी नहीं चेक चुक करनी कर लो मतलब ब्याह ली किन्नी चाहिदी है पता ही सीगा नहीं ब्याह वास्ते ते ओ देगा पकड़ियां ना 25 मुर्गे दियां आ ते 25 देगा ते ओ साडा की पाउणा केड़ी नहीं ओ तो सारा मुर्गा पकना ओ साडे विचों दो परौणे ने ते ओ गोश्त नहीं खांदे ते उना वास्ते ए आ के पाइया टिंडे ते पाइया आलू दसां दियां ਮਿਰਚਾਂ ਦਸਾਂ ਦੇ ਟਮਾਟਰ ਦਸਾਂ ਦੇ ਪਿਆਜ਼ ਤੇ ਭੋਰਾ ਕਨਾਲ ਦੇ ਦਿਓ ਧਨੀਆ ਨਹੀਂ ਆ ਜਿਹੜਾ ਵਿਆਹ ਦੀ ਗੱਲ ਕਰਦੇ ਹੋ ਭਈ ਮੁੰਡੇ ਦਾ ਵਿਆਹ ਉਹਦੇ ਲਈ ਸਬਜ਼ੀ ਤੁਸੀਂ ਲੈਣੀ ਆ ਨਹੀਂ ਵਿਆਹ ਤੇ ਤਾਂ ਮੁਰਗਾ ਪਕਣਾ 25 ਦੇਗਾ 25 ਦੇਗਾ ਤੇ ਸਬਜ਼ੀ ਕਿਹਦੇ ਲਈ ਖੜਨੀ ਸਬਜ਼ੀ ਉਹ ਦੋ ਪਰੌਣਿਆਂ ਵਾਸਤੇ ਜਿਹੜੇ ਖਾਂਦੇ ਨਹੀਂ ਮੁਰਗਾ ਪਾਈਆ ਟਿੰਡੇ ਤੇ ਪਾਈਆ ਆਲੂ ਇਹ ਕੀ ਤੁਸੀਂ ਵਿਆਹ ਵਾਸਤੇ ਲੈ ਜਾਣੀ ਕਿ ਜੁਮੇਰਾਤ ਦੀ ਰੋਟੀ ਦੇਣੀ ਹੈ ਕੀ ਮਤਲਬ ਇਹ ਤੇ ਜਿਹੜਾ ਬੰਦਾ ਮਰਿਆ ਹੋਵੇ ਉਹਦੇ ਲਈ ਇੰਨੀ ਸਬਜ਼ੀ ਪਕਾ ਕੇ ਲਾ ਦੇ ਕਿ ਝੂਠੀ ਨਾ ਕਰੋ ਬੰਦੇ ਨੇ ਬਜ਼ੁਰਗ ਆਦਮੀ ਨੇ ਉਹ ਗੋਸ਼ਤ ਨਹੀਂ ਨਾ ਖਾਂਦੇ ਉਹਨਾਂ ਦੀ ਤਬੀਅਤ ਨਹੀਂ ਠੀਕ ਉਹ ਭਰਾਵਾ ਉਹ ਤਾਂ ਠੀਕ ਆ ਤੂੰ ਆ ਕੇ ਪੁੱਛਣੇ ਆ ਵੀ ਸਵੇਰੇ ਉੱਠਦੇ ਹੋ ਮੰਡੀ ਜਾਂਦੇ ਹੋ ਤਾਜ਼ੀ ਲਿਆਉਂਦੇ ਹੋ ਆ ਸਾਰਾ ਕੁਝ ਪੁੱਛ ਕੇ ਤੇ ਮਤਲਬ ਪਾਈਆ ਲੈਣੀ ਹੈ ਤੂੰ ਪਾਈਆ ਟਿੰਡੇ ਲੈਣੇ ਆ ਹੋਰ ਕੀ ਹੈ ਪਾਈਆ ਆਲੂ ਤੇ ਤੁਸੀਂ ਜੋ ਦੋ ਬੰਦੇ ਬੁਲਾਏ ਕਿਉਂ ਵਿਆਹ ਚ ਉਹਨਾਂ ਨੇ ਪੂਰੇ ਵਿਆਹ ਚ ਖਰਾਬੀ ਕਰਨੀ ਹੈ ਉਹ ਕਿਉਂ ਕਿ ਉਹ ਜੋ ਦੋ ਬੰਦੇ ਨਹੀਂ ਸਬਜ਼ੀ ਗੋਸ਼ਤ ਖਾਂਦੇ ਤੇ ਉਹਨਾਂ ਤੇ ਲਾਹਨਤ ਪਾਉਣੀ ਸੀ ਪਰੇ ਵਿਆਹ ਚ ਨਾਲੇ ਟਿੰਡੇ ਕੌਣ ਖਵਾਉਂਦਾ ਯਾਰ ਪਰੌਣਿਆਂ ਨੂੰ ਯਾਰ ਉਹ ਨਹੀਂ ਖਾਂਦੇ ਗੋਸ਼ਤ ਹੁਣ ਸਬਜ਼ੀ ਤਾਜ਼ੀ ਨਹੀਂ ਨਹੀਂ ਇਹ ਸਬਜ਼ੀ ਤਾਂ ਤੂੰ ਭਾਈ ਐ ਕਹੀ ਜਾਂਦਾ ਤੂੰ ਦੋ ਇੱਥੇ ਬੋਰੇ ਲੈ ਕੇ ਆਇਆ ਵੀ ਆ ਭਰ ਦਿਓ ਮੇਰੇ ਪਾਈਆ ਟਿੰਡੇ ਮੰਗੇ ਯਾਰ ਤੈਨੂੰ ਸਵੇਰੇ 9 ਵਾਲੇ ਲੈ ਜਾਂਦੇ ਉੱਥੋਂ ਟਿੰਡੇ ਆਪ ਤੋੜ ਲਈ ਪਾਈਆ ਤੂੰ ਟਿੰਡੇ ਲੈਣੇ ਆਇਆ ਤੂੰ ਟਮਾਟਰ ਗਲਿਆ ਤਾਂ ਨਹੀਂ ਨਾ ਹੋਏਗੇ ਟਮਾਟਰ ਗਲੇ ਤਾਂ ਨਹੀਂ ਹੋਣਗੇ ਆ ਤੈਨੂੰ ਗਲੇ ਲੱਗਣ ਦਾ ਉਹ ਭਾਈ ਮੇਰੇ ਆ ਪਾਈਆ ਟਮਾਟਰ ਕਿੰਨੇ ਚਾਹੀਦੇ ਆ 10 ਰੁਪਏ ਦੇ ਆ ਲੈ 10 ਰੁਪਏ ਦੇ ਟਮਾਟਰ 10 ਰੁਪਏ ਦੀਆਂ ਹਰੀਆਂ ਮਿਰਚਾਂ 10 ਰੁਪਏ ਦਾ ਪਿਆਜ਼ ਤੇ ਭੋਰਾ ਕ ਧਨੀਆ ਦੇ ਦਿਓ ਤੂੰ ਮੇਰਾ ਭਾਈ ਟਿੰਡੇ ਲੈਰੇ ਕੱਚੇ ਉਹ ਭਾਈ ਟਿੰਡੇ ਆ ਜੁੱਤੀ ਲਾ ਫਟੇ ਥੱਲੇ ਵੜ ਜਾ ਅਸੀਂ ਰੋਜ਼ ਦੇ 3-2 ਕਿਲੋ ਤਾਂ ਵੈਸੇ ਛੱਡ ਜਾਈਦੇ ਥੱਲੇ ਸਬਜ਼ੀ ਤੂੰ ਪਾਈਆ ਸਬਜ਼ੀ ਐ ਆਰਡਰ ਲਾਉਣੇ ਆ ਜਿਵੇਂ ਖਰੇ ਕਿੰਨੀ ਤੂੰ ਸਬਜ਼ੀ ਲੈਣੀ ਆ ਯਾਰ 10 ਰੁਪਏ ਦੇ ਟਮਾਟਰ ਪਾਈਆ ਟਿੰਡੇ 10 ਰੁਪਏ ਦੀਆਂ ਮਿਰਚਾਂ ਜਿੰਨੇ ਵੀ ਕਹਿੰਦੇ ਨੇ ਇਹਨਾਂ ਸੀ ਵੈਸੇ ਵੀ ਰੋਕ ਭਰ ਕੇ ਛੱਡ ਦਈਦਾ ਇਹ ਆ ਕਿ ਪਰੌਣੇ ਇਹ ਨਾ ਕਹਿਣ ਕਿ ਬਈ ਫੈਸਲਾਬਾਦ ਗਏ ਸੀ ਤੇ ਆ ਉੱਥੇ ਕੇਸ ਚਵਲ ਦੇ ਮੱਥੇ ਲੱਗੇ ਉਹ ਸੱਦੇ ਕਰ ਲਈ ਆ ਤੁਸੀਂ ਜਿਹਨੂੰ ਸਬਜ਼ੀ ਦੀ ਲੋੜ ਆ ਉਹਨੂੰ ਸੱਦੇ ਕਰ ਲਈ ਫੁੱਫੜ ਨੇ ਹੈ ਫੁੱਫੜ ਉਹਨਾਂ ਨੂੰ ਤੇ ਵਿਆਹ ਤੇ ਨਹੀਂ ਸੱਦੀਦਾ ਉਹ ਤੇ ਬੜੇ ਕੰਮ 'ਚ ਘੜਾਂ ਪਾਉਣ ਵਾਲੇ ਹੁੰਦੇ ਆ ਫੁੱਫੜ ਹਾਂ ਚਲੋ ਮਾੜੇ ਚੰਗੇ ਵਿੱਚ ਹੀ ਹੁੰਦੇ ਆ ਆਲੂ ਜਿਹੜਾ ਨਾ ਜੀ ਉਹ ਪੁਰਾਣਾ ਨਾ ਹੋਵੇ ਨਵਾਂ ਹੋਵੇ ਜੀ ਮੈਂ ਕਹਿੰਦਾ ਜੀ ਤੁਹਾਨੂੰ ਪਾਈ ਇੰਨੇ ਦੇਣੇ ਆ ਨਵੇਂ ਆਲੂ ਪੈਣਗੇ ਤੁਹਾਨੂੰ ਨਵਾਂ ਆਲੂ ਚਾਹੀਦਾ ਤੈਨੂੰ ਹਾਂਜੀ ਅਸੀਂ ਕਿੱਥੋਂ 2023 ਮਾਡਲ ਦਾ ਆਲੂ ਲੈ ਆਈਏ 2023 ਆਲੂ ਜਿਹੜੇ ਆਉਂਦੇ ਉਹੀ ਆ ਆਲੂ ਯਾਰ ਇਹ ਆਲੂ ਪਾ ਦੇਣੇ ਮਤਲਬ ਕੀ ਆ ਤੂੰ ਕੰਮ ਹੀ ਉਹ ਕਰਨੇ ਆ ਕਿ ਮੈਨੂੰ ਪਹਿਲੇ ਤੂੰ ਆਣ ਕੇ ਗੱਲ ਇਦਾਂ ਸੁਣਾਈ ਆ ਜੀ ਵਿਆਹ ਆ ਤੁਸੀਂ ਤਾਜ਼ੀ ਸਬਜ਼ੀ ਲਿਆਉਣੇ ਆ ਮੰਡੀ ਕਿੰਨੇ ਵਜੇ ਜਾਂਦੇ ਆ ਸਾਨੂੰ ਮਿਲੇਗੀ ਕਦੋਂ ਤੇ ਹੁਣ ਤੂੰ ਕਹਿਣ ਨੇ ਆ ਮੈਨੂੰ ਜੀ ਪਾਈਆ ਟਿੰਡੇ ਚਾਹੀਦੇ ਇਧਰੋਂ ਕੇ ਗੱਲ ਕਰ ਮੇਰਾ ਵੀਰ ਇੱਥੇ ਆ ਦੁਕਾਨ ਤੋਂ ਬਾਹਰ ਉੱਥੇ ਪਰੇ ਹੋ ਮੈਂ ਕਿਹਾ ਖਰੇ ਕਿੱਡਾ ਵਪਾਰੀ ਆ ਗਿਆ ਸਵੇਰੇ ਸਵੇਰੇ ਇੱਥੇ ਆ ਕੇ ਗੱਲ ਕਰ ਮੇਰਾ ਭਰਾ ਮਿਰਚ ਗਲੀ ਨਾ ਹੋਵੇ ਗਲੀ ਨਾ ਹੋਵੇ ਕੀ ਗੱਲ ਆ ਬਰਾਤ ਦੀ ਦੌੜਾ ਮਿਰਚ ਗਲੀ ਨਾ ਹੋਵੇ ਨਾ ਇਹ ਆ ਕਿ ਗਲੀ ਨਾ ਹੋਵੇ ਆਲੂ ਸੜੇ ਨਾ ਮੈਂ ਦੇਖ ਕੇ ਲੈਣੀ ਆ ਇੱਕ ਵੀ ਗਲੀ ਹੋਈ ਤੇ ਅਗਲੇ ਦਿਨ ਅਲਾਮਾ ਆ ਜਾਣਾ ਤੁਹਾਨੂੰ ਗਲੀ ਮਿਰਚ ਨਹੀਂ ਚਾਹੀਦੀ ਨਹੀਂ ਇਹ ਜਿਹੜਾ 25 ਦੇਗਾ ਮੁਰਗੇ ਦੀਆਂ ਪਕਾਉਣ ਦੇ ਆ ਉਹਨਾਂ ਹੀ ਸਵਾਹ ਪਾਉਣੀ ਆ ਮਸਾਲੇ ਦੀ ਜਗ੍ਹਾ ਮਤਲਬ ਕਿ ਤੂੰ ਸਿਰਫ ਕਹਿਣੇ ਆ ਪਾਈਆ ਟਿੰਡੇ 10 ਰੁਪਏ ਦੀਆਂ ਮਿਰਚਾਂ 10 ਰੁਪਏ ਦਾ ਅਦਰਕ ਓਏ ਅਦਰਕ ਤੈਨੂੰ ਪਤਾ ਕੀ ਭਾਅ ਆ 1000 ਰੁਪਏ ਕਿਲੋ ਆ ਆਹੋ ਕੋਈ ਮਸਲਾ ਨਹੀਂ 10 ਦਾ ਦੇ ਦੇਣਾ ਉਹ 10 ਦਾ ਅਦਰਕ ਆਉਂਦਾ ਹੀ ਨਹੀਂਗਾ ਉਹ ਯਾਰ ਤੇਰਾ ਦਿਮਾਗ ਖਰਾਬ ਆ ਤੂੰ ਕਿਉਂ ਸਾਨੂੰ ਅੱਧੀ ਰਾਤੀ ਤੰਗ ਕਰਨ ਆ ਗਿਆ ਯਾਰ ਵਿਆਹ ਦੇ ਤੂੰ ਰੋਟੀ ਲੈਣੀ ਆ ਜਾਂ ਪਤਾ ਨਹੀਂ ਤੂੰ ਟਿੰਡੇ ਲੈਣੇ ਆ ਤੂੰ ਗੋਸ਼ਤ ਲੈਣਾ ਕੀ ਲੈਣਾ ਭਾ ਫੇਰ ਵੀ ਵਾਰਾ ਖਾਂਦਾ ਵਾ ਕਹਿੰਦਾ 25 ਦੇਗਾ ਮੁਰਗੇ ਦੀਆਂ ਧਰਨੀਆਂ ਤੇ ਉਹ ਮੁਰਗੇ ਦੇ ਵਿੱਚ ਲਸਣ ਪਿਆਜ਼ ਅਦਰਕ ਟਮਾਟਰ ਹਰੀਆਂ ਮਿਰਚਾਂ ਨਹੀਂ ਪਾਉਣੀਆਂ ਉਹ ਤਾਂ ਮੰਡੀੋਂ ਲਿਆ ਉਹ ਤਾਂ ਮੰਡੀੋਂ ਲੈਣਾ ਤੇ ਟਿੰਡੇ ਵੀ ਉੱਥੋਂ ਲੈ ਲੈਣੇ ਨਹੀਂ 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 ਇਹ ਬੰਦਾ ਇਹ ਤਾਂ ਨਹੀਂ ਨਾ ਹੁਣ ਕਿ ਦੇਗਾਂ ਦਾ ਸਮਾਨ ਵੀ ਮੰਡੀੋਂ ਤੇ ਟਿੰਡੇ ਵੀ ਮੰਡੀੋਂ ਇਦਾਂ ਤਾਂ ਨਹੀਂ ਚੰਗਾ ਲੱਗਦਾ ਖੁਦਾ ਪਾਕ ਦੀ ਕਸਮੇ ਭਾਏ ਨਾ ਅਸੀਂ ਟਿੰਡੇ ਉੱਥੋਂ ਲਿਆਉਣੇ ਮੰਡੀੋਂ ਉੱਥੇ ਹੀ ਹੁੰਦੇ ਆ ਟਿੰਡੇ ਕਦੀ ਦੇਖਿਆ ਜਨਰਲ ਸਟੋਰ ਤੋਂ ਮਿਲਦੇ ਹੋਏ ਜਾਂ ਮੈਡੀਕਲ ਸਟੋਰ ਵਾਲਿਆਂ ਨੂੰ ਕਿਹਾ ਹੋਵੇ ਪਾਈਆ ਟਿੰਡੇ ਦੇ ਦਿਨ ਵੇਖਣਾ ਨਸੀਬ ਨਾ ਹੋਵੇ ਜਿਹੜਾ ਮੰਡੀ ਤੋਂ ਬਾਹਰ ਲਿਆਉਂਦਾ ਹੋਵੇ ਟਿੰਡੇ ਇਹ ਆ ਕਿ ਸਾਡੇ ਜਿਹੜੇ ਪਰੌਣੇ ਆ ਨਾ ਉਂਗਲਾਂ ਚੱਟਣ ਉਂਗਲਾਂ ਚੱਟਣਗੇ ਟਿੰਡੇ ਤੇ ਇੰਨੇ ਕ ਉਂਗਲਾਂ ਹੀ ਚੱਟਣੀਆਂ ਉਹਨਾਂ ਨੇ ਇੰਨੇ ਕ ਟਿੰਡੇ ਤੋਂ ਉਂਗਲਾਂ ਹੀ ਰਹਿਣੀਆਂ ਪਿੱਛੇ ਚੱਟਣ ਵਾਲੇ ਫੁੱਫੜ ਸਿੰਧੋਂ ਆ ਰਹੇ ਆ ਆਪਣੇ ਤੇ ਆਉਂਦੇ ਹੋਏ ਬਤਾਉ ਲੈ ਉਹਦੇ ਨਾਲ ਸਿੰਧ ਦੇ ਬੜੇ ਮਸ਼ਹੂਰ ਆ ਬਤਾਉ ਸਹੀ ਗੱਲ ਨਹੀਂ ਭਾਜੀ ਤੁਹਾਨੂੰ ਸ਼ਰਮ ਹਯਾ ਕੋਈ ਨਹੀਂ ਉਹ ਤੁਹਾਡੇ ਫੁੱਫੜ ਆ ਉਹ ਸਿੰਧੋਂ ਆ ਰਹੇ ਏਡੀ ਦੂਰੋਂ ਤੇ ਤੂੰ ਉਹਨਾਂ ਨੂੰ ਇੱਥੇ ਆਇਆ ਫੈਸਲਾਬਾਦ ਟੀਂਡੇ ਕੋਲੇ ਦੋ ਫੁੱਫੜ ਤੇ ਆ 7-7 ਫੁੱਟੇ ਤੇ ਟੀਂਡੇ 1-1 ਇੰਚ ਦੇ ਡੁੱਬ ਕੇ ਮਰਨ ਵਾਲੀ ਗੱਲ ਆ ਯਾਰ। ਉਹ ਭਾਈ ਯਾਰ ਤੁਹਾਨੂੰ ਇਸ ਗੱਲ ਨਾਲ ਕੀ ਤੁਸੀਂ ਸੌਦਾ ਵੇਚਣਾ ਯਾਰ। ਨਹੀਂ ਇਹ ਪੰਜੀ ਦੇਗਾ ਜਿਹੜੀਆਂ ਇਹ ਕਾਦੀਆਂ ਵੱਡੇ ਗੋਸ਼ਤ ਦੀਆਂ ਨਹੀਂ ਨਹੀਂ ਮੁਰਗੇ ਦੀਆਂ ਤੇ ਯਾਰ ਵੱਡਾ ਗੋਸ਼ਤ ਅਗਲੇ ਬੰਦ ਕਰਦੇ ਆ ਮੁਰਗਾ ਤੇ ਕਰਦੇ ਨਹੀਂ ਬੰਦ। ਨਹੀਂ ਉਹ ਨਹਿਰ ਵੀ ਤਾਂ ਬੰਦ ਹੋਏਗੀ ਨਾ ਫੈਸਲਾਬਾਦ ਵਾਲੀ ਤੇ ਉਹ ਪੁਰਾਣਾ 20 ਵਾਲਾ ਨੋਟ ਵੀ ਬੰਦ ਹੋ ਗਿਆ। ਬੜੀ ਖੁਸਰੇ ਵਾਲੀ ਤਬੀਅਤ ਆ ਭਾਈ। ਕਿੰਨੀਆਂ ਦੇਗਾ ਮੁਰਗੇ ਦੀਆਂ 25 ਤੇ ਟਿੰਡੇ ਦੀਆਂ 2 ਕੌਲੀਆਂ। ਨਾਈ ਕਿਹੜਾ ਅੱਛਾ ਹੈ ਜਿਹੜਾ ਟਿੰਡੇ ਪਕਾਵੇ ਨਾਈ ਇੱਕ ਹੈਗਾ ਅੱਛਾ ਹਾਂ ਕਲਮਾ ਐਡੀਆਂ ਸੋਹਣੀਆਂ ਨਾਈ ਹੁੰਦੇ ਸੀ ਪਹਿਲਾਂ ਇੰਨੀਆਂ ਕਰਦਾ ਉਹਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਉਹਦੇ ਕੋਲ ਚੱਲ ਜਾ। ਨਾਈ ਜਿਹੜੇ ਖਾਣਾ ਪਕਾਉਂਦੇ ਆ ਨਹੀਂ ਤੇ ਦੇਗਾ ਕਿਹਦੇ ਕੋ ਪਕਾਉਣੀਆਂ ਪੰਜੀ ਉਹ ਤਾਂ ਕਰੇ ਹੀ ਪਕਾਉਣੀਆਂ ਸੀ ਤੇ ਟਿੰਡੇ ਨਾਈ ਕੋਲੋਂ ਆਹੋ ਉਹ ਕਿਹੜਾ ਹੈਰਾਨ ਹੋ ਗਿਆ ਉਹਨੇ ਪੁੱਛਿਆ ਟਿੰਡੇ ਤੁਸੀਂ ਅੱਧਪਾ ਕਰ ਲਓ लेकिन अपनी तरतीब वीरे सीधी कर। हां ओ जा चल जा मैं नहीं तो बनवाओ टिंडिया च ਤੁਹਾਡੇ ਹਿਸਾਬ ਨਾਲ ਹੋਰ ਕੀ ਪਾਈਏ। ਹਾਂ टिंडिया च ਐਦਾਂ ਕਰੋ टिंडे ਹੋਰ ਪਾਓ ਐ ਠੀਕ। ਹਾਂ ਆ ਠੀਕ ਕਰ ਲਓ ਆ ਜਿਹੜੀ ਤੂੰ ਕਹਿੰਦਾ ਨਾ ਵਿਆਹ ਚ ਬੱਲੇ ਬੱਲੇ ਕਰਾਉਣੀ ਆ। ਹਾਂਜੀ ਐ ਰੈਸਪੀ ਮੰਨ ਲਾ ਇਹਦੀ ਤੇਰੀ ਬੱਲੇ ਬੱਲੇ ਹੋ ਜਾਏਗੀ। ਭਾਣ ਤੁਹਾਡੇ ਤੇ ਐਨੇ टिंडिया ਜਿਹੜਾ ਐਨੇ टिंडे ਹੋਰ ਪਾ ਲਾ ਟਮਾਟਰ ਜੇ ਕੋ ਗਲਿਆ ਨਿਕਲਿਆ ਨਾ ਤੇ ਗੋਲੀ ਮਾਰ ਦੀ ਲਿਆ ਕੇ ਮੈਨੂੰ। ਟਿੰਡੇ ਛਿੱਲਣ ਵਾਲਾ ਕੋਈ ਬੰਦਾ ਤੁਹਾਡੇ ਕੋਲ ਚੱਜ ਦਾ ਕੋਈ ਹੈ ਬੰਦਾ ਕੋਈ ਚੰਗਾ ਮੈਂ ਕਹਿੰਦਾ ਕਿ ਉਹ ਵੀ ਬੰਦਾ ਕੋਈ ਸਿਆਣਾ ਲਾਇਓ ਇਹ ਨਾ ਹੋਵੇ ਤੁਸੀਂ ਟਿੰਡੇ ਛਿੱਲੋ ਤੇ ਟਿੰਡੇ ਹੱਥ 'ਚ ਹੀ ਮੁੱਕ ਜਾਣ। ਉਹ ਵੀਰ ਪਾਈਆ ਟਿੰਡੇ ਨੇ ਤੇਰੇ ਐ ਹੱਥ ਤੇ ਰੱਖ ਕੇ ਨਾ ਤੇ ਐ ਮਲ ਕੇ ਨਾ ਐ ਕਰੀ ਟਿੰਡੇ ਛਿੱਲੇ ਜਾਣੇ ਤੇਰੇ ਨਾਈਆਂ ਛਿੱਲੇ ਆਂਗੂ। ਹੈ ਮੋਟਰਸਾਈਕਲ ਹੈਗੀ ਹਾਂਜੀ ਹੈਗੀ ਹੈ ਹਾਂਜੀ ਚਲੀਏ ਫਿਰ ਨਾਈਆਂ ਚਲੀਏ ਕੀ ਟਿੰਡੇ ਪਕਾਉਣੇ ਉਹਦੇ ਕੋਲੋਂ ਟਿੰਡੇ ਪਾਈਆ ਹਾਂਜੀ ਨਹੀਂ ਪਾਈਆ ਵਿੱਚ ਆਲੂ ਵੀ ਪੈਣੇ ਆ ਆਲੂ ਵੀ ਪਾਉਣੇ ਆ ਪਾਈਆ ਕਿਹੜਾ ਤਰ ਗਿਆ ਨਾਈ ਤੇ ਦੋ ਲੱਭਣੇ ਪੈਣੇ ਆ ਨਾਈ ਇੱਕੋ ਹੀ ਬਹੁਤ ਆ ਉਹਨੂੰ ਜਾ ਕੇ ਘਰੋਂ ਲਗਾਉਂਦੇ ਆ ਹੁਣ ਪਾਈਆ ਆਲੂ ਕਿੰਨੇ ਕੱਟਣੇ ਛਾਪਰ ਹੈਗੇ ਵੱਡੇ ਤੋਂ ਸਮਾਨ ਛਾਪਰ ਬਿੱਦ ਲੈਣ ਆਇਆ ਤੁਸੀਂ ਭਾਈ ਛਾਪਰ ਤੇ ਪਾਈਆ ਟਿੰਡੇ ਆ ਤੂੰ ਬਿੱਦ ਤੇ ਲੈ ਲਈਏ ਬਸ ਸਭ ਕੁਝ ਲੈ ਲਿਆ ਸਿਰਫ ਟਿੰਡੇ ਰਹਿ ਗਏ। ਕਿੰਨੇ ਕਿਲੋ ਵਾਲੇ ਛਾਪਰ ਪਾਈਆ ਹੀ ਲੈਣੇ ਸੀ ਇਹ ਆ ਕਿ ਉਂਗਲਾਂ ਚੱਟਣ ਇੱਕ ਵਾਰੀ ਨਾ ਫੁੱਫੜ ਕਵੇ ਕਿ ਯਾਰ ਤੂੰ ਮੈਨੂੰ ਇਹ ਦੱਸ ਤੂੰ ਟਿੰਡੇ ਸ਼ਹਿਦ ਚ ਪਕਾਉਣੇ ਨਹੀਂ ਉਂਗਲਾਂ ਕਾਲੀ ਚਟਣ ਇਹ ਜਿੰਨੇ ਟਿੰਡੇ ਨਾ ਤੇਰੇ ਉਂਗਲਾਂ ਵੀ ਅੱਲਾ ਦੀ ਕਸਮ ਇੱਕ ਵਾਰੀ ਚੱਟੀ ਜਾਣੀ ਦੂਜੀ ਵਾਰੀ ਖਾਲੀ ਹੋਣੀ ਪਾਈਆ ਟਿੰਡੇ ਇੰਨੇ ਕ ਲੱਗਦੇ ਉਂਗਲ ਨਾਲ ਤੂੰ ਕਿਤੇ ਚੱਟ ਹੋ ਜੇ ਟਿੰਡੇ ਬਹੁਤੇ ਕਰ। ਚਲੀਏ ਮੈਂ ਤਾਂ ਕਹਿੰਦਾ ਨਾਈਅਲ ਆਪਾਂ ਚੱਲਦੇ ਨਾਈਅਲ ਹਾਂਜੀ ਉਹਨੂੰ ਸੁੱਤੇ ਨੂੰ ਜਗਾ ਕੇ ਜਦੋਂ ਅਸੀਂ ਇਹ ਦੱਸਣਾ ਨਾ ਕਿ ਤੂੰ ਪਾਈਆ ਟਿੰਡੇ ਪਕਾਉਣੇ ਉੱਠ ਹੋਸ਼ ਕਰ ਹਾਂ ਉਹਨੇ ਕਹਿਣਾ ਜੀ 1 ਮਿੰਟ ਇੱਥੇ ਖਲੋ ਜਾਓ ਪੈਰਾਂ ਦੀ ਮਿੱਟੀ ਨਾ ਛੱਡਿਓ ਉਹਨੇ ਅੰਦਰ ਜਾਣਾ ਜਦੋਂ ਵਾਪਸ ਆਉਣਾ ਨਾ ਉਹਦੇ ਹੱਥ 'ਚ ਪਸਤੌਲ ਹੋਣੀ ਹਾਂ ਤੇ ਅੱਗੇ ਸਾਡੇ ਤੂੰ ਹੋਣਾ ਤੇਰੇ ਨੂੰ ਜਿਹੜੇ ਟਿੰਡੇ ਪਾ ਦੇਣੇ ਆ। ਨਹੀਂ ਮੈਂ ਇਹਨੂੰ ਟਿੰਡੇ ਇਹਨੂੰ ਮੈਂ ਮੰਗਵਾ ਕੇ ਦੇ ਨੱਤਾ ਤੇ ਹਾਂ ਮੰਗਾ ਜਿਹੜਾ ਕਰ ਫੋਨ ਅੱਬੇ ਲਵੇ ਪੈਰਾਂ ਦੇ ਟਿੰਡੇ ਨਾ ਛੱਡੀ ਇੱਥੇ ਖਲੋਈ ਤੈਨੂੰ ਤਾਦੇ ਟਿੰਡੇ ਦੇਾਂਗੇ ਹੁਣ ਆ ਭਾਸ਼ ਵੀਰ ਹਾਂ ਮੰਡੀ ਵਾਸਤੇ ਉੱਠ ਖਲੋਏ ਸਾਰੇ ਐਡੇ ਨੇ ਨਿੱਕੇ ਤੇ ਐਡੇ ਮੋਟੇ ਹੋਣੇ ਚਾਹੀਦੇ ਆ ਕਾਹੂ ਦੇ ਡੰਡੇ ਉਹ ਤੁਸੀਂ ਰੇੜੀ ਤੇ ਰੱਖ ਕੇ ਤੇ ਨਾਲ ਹੀ ਛੇਤੀ ਆ ਜਾਓ ਇੱਥੇ ਇੱਕ ਬੰਦੇ ਨੂੰ ਟਿੰਡੇ ਚਾਹੀਦੇ ਪਾਈਆ ਇੱਥੇ ਮੈਂ ਤੈਨੂੰ ਚੈੱਕ ਕਰਾਉਣਾ ਇੱਥੋਂ ਥੱਲੇ ਟਿੰਡਾ ਕੱਢ ਆ ਜਾਓ ਮਿੰਟ ਮਾਰ ਕੇ ਆਇਓ ਡੰਡਾ ਇੱਥੋਂ ਮੈਨੂੰ ਲੈ ਕੇ ਡੰਡੇ ਲੈ ਕੇ ਆ ਰਿਹਾ ਆ ਦੇ ਇੱਥੋਂ ਜਿਹੜਾ ਡੰਡਾ ਅੱਛਾ ਅਸਲਾਮ ਵਾਲੇਕੁਮ ਜੀ ਮੈਂ 1 ਮਿੰਟ ਖਲੋ ਜਾ ਹੋਏ ਉਹ ਤੈਨੂੰ ਟਿੰਡੇ ਤੇ ਮੋਰੇ ਰੋਕ ਓਏ ਉਹ ਪਾਈਆ ਟਿੰਡੇ ਲੈ ਮਾਮਾ 25 ਦੇਗਾ ਕਹਿੰਦਾ 25 ਦੇਗਾ ਹੀ ਘਰ ਪਕਾਉ ਲੈਣੀਆਂ ਮੈਂ ਤੇ ਨਾਈ ਪਾਈਆ ਜਿਹੜਾ ਟਿੰਡੇ ਵਾਸਤੇ ਨਾਈ ਕੋਲ ਪਕਵਾਉਣੇ ਆ ਤੇਰੇ ਦੋਰ ਫੇੜੇ ਮੂੰਹ ਤੇਰੀ ਦੇਗ ਤੇ ਲਾਣਤ ਹੈ ਕਿ ਹੁਣ ਨੂੰ ਅਸੀਂ 3600 ਕੰਮ ਕਰ ਲੈਣਾ ਇਹੀ ਪਾਈਆ ਟਿੰਡੇ ਲਾ ਕੇ ਥੱਲੇ ਰੱਖਦੇ ਯਾਰ ਅਸੀਂ ਵੇਚਣੇ ਨਹੀਂ ਅੱਜ ਦੀ ਦਿਹਾੜੀ ਵੇਚਣੇ ਨਹੀਂ ਆ ਟਿੰਡੇ ਥੱਲੇ ਲਾ ਦੇ ਸਾਰੇ ਯਾਰ ਉਹ ਜਿੰਨਾ ਦੁਕਾਨ ਹੈ ਗਾਹ ਟਿੰਡੇ ਲੈਣਾ ਯਾਰ ਮੈਂ ਤੇਰਾ ਸਿਰ ਮਾਰ ਦੇਣਾ ਮੈਂ ਚੱਲ ਪਾ ਛੱਡ ਉਹਦੇ ਵਰਗੇ ਸਾਰੇ ਬੰਦੇ ਆਉਣੇ ਦਫਾ ਕਰ ਪਰੇ ਟਿੰਡੇ ਦਾ ਕਪੜਾ ਪਾ ਦੇ ਯਾਰ ਦਫਾ ਕਰ ਯਾਰ ਗੁੱਡ ਵਨ ਯਾਰ ਆ ਜਿਹੜਾ ਇਹਨਾਂ ਨੇ ਐਂਡ ਕੀਤਾ ਸੀ ਨਾ ਕਹਿੰਦੇ ਰਾਣਾ ਭਾਜੀ ਕਹਿੰਦੇ ਬੰਦੇ ਆ ਰਹੇ ਹਾਂ ਡੰਡੇ ਲੱਗੇ ਆ ਰਹੇ ਅਸਲਾਮ ਵਾਲੇਕੁਮ ਗੁੱਡ ਵਨ ਯਾਰ ਬਹੁਤ ਵਧੀਆ ਸੀ ਵੀਡੀਓ ਮਜ਼ਾ ਆ ਗਿਆ ਹੈ ਨਾ ਤੁਹਾਨੂੰ ਕਿੱਦਾਂ ਲੱਗੀ। ਬਹੁਤ ਵਧੀਆ ਲੱਗੀ ਮਤਲਬ ਬਹੁਤ ਫਨੀ ਸੀਗੀ ਬੜਾ ਹਾਸਾ ਆਇਆ ਇਹਨਾਂ ਨੇ ਅੱਜ ਦੀ ਸਕ੍ਰਿਪਟ ਬੜੀ ਵਧੀਆ ਬਣਾਈ ਪਰਫਾਰਮੈਂਸ ਸਾਰਿਆਂ ਦੀ ਵਧੀਆ ਸੀ ਸਾਰਿਆਂ ਨੇ ਹਸਾਇਆ ਰਾਣਾ ਭਾਜੀ ਜਿਵੇਂ ਹਮੇਸ਼ਾ ਇੱਕ ਪਲਾਟ ਕ੍ਰੀਏਟ ਕਰਦੇ ਆ ਤੇ ਬਾਕੀ ਜਿਹੜੇ ਆਸ-ਪਾਸ ਦੇ ਖਿਡਾਰੀ ਹੁੰਦੇ ਆ ਉਸੇ ਪਲਾਟ ਤੇ ਖੇਡਦੇ ਆ ਅੱਜ ਵੀ ਉਸੇ ਤਰ੍ਹਾਂ ਹੋਇਆ ਸ਼ਕੀਲ ਭਾਜਾ ਨੇ ਬੜੀ ਮਤਲਬ ਜਿਹੜੀਆਂ ਜੁਗਤਾਂ ਸੀ ਨਾ ਬੜੀਆਂ ਸਟੀਕ ਜੀਆਂ ਕੀਤੀਆਂ ਨਾ ਤੇ ਉਹ ਜਿਹੜਾ ਦੂਜਾ ਮੁੰਡਾ ਮੈਨੂੰ ਉਹਨਾਂ ਦਾ ਨਾਮ ਨਹੀਂ ਪਤਾ ਉਹਨਾਂ ਦੀ ਵੀ ਕਾਮੇਡੀ ਬਹੁਤ ਅੱਛੀ ਹੋ ਗਈ ਬਈ ਹਾਂਜੀ ਵੈਸੇ ਉਹਨਾਂ ਦੇ ਐਕਸਪ੍ਰੈਸ਼ਨ ਵਗੈਰਾ ਸ਼ੁਰਤੀ ਮੈਨੂੰ ਵਧੀਆ ਲੱਗਦੇ ਵੀ ਉਹ ਮਤਲਬ ਉਹ ਵੀ ਸੀਰੀਅਸ ਹੋ ਕੇ ਗੱਲ ਕਰਦੇ ਜਿਵੇਂ ਬਾਕੀ ਦੋਨੇ ਜਣੇ ਕਰਦੇ ਆ ਨਾ ਇਹ ਵੀ ਚਲ ਵਧੀਆ ਦੋਨੇ ਜਣੇ ਆਣ ਲੱਗੇ ਨਾ ਇਕੱਠੇ ਹਾਂ ਹੈਨਾ ਦੋਨੇ ਜਣੇ ਅੱਛੇ ਲੱਗਦੇ ਆ ਹੁਣ ਟੈਲੈਂਟ ਦੀ ਕਮੀ ਨਹੀਂ ਹੈ ਟੈਲੈਂਟ ਫੁੱਲ ਔਨ ਭਰ ਕੇ ਹੈ ਤੇ ਦੇਖੋ ਅੱਜ ਵਾਕਈ ਬਹੁਤ ਵਧੀਆ ਲੱਗੀ ਮੈਨੂੰ ਉਹ ਵੀਡੀਓ ਸਾਰੀ ਆ ਜਿਹੜਾ ਇਹਨੇ ਐਂਡ ਤੇ ਕੀਤਾ ਨਾ ਅਸਲਾਮ ਅਲੈਕਮ ਉਹ ਤਾਂ ਬਾਲਾ ਹੀ ਘੈਂਟ ਸੀਗਾ ਤਿੰਨੇ ਵਧੀਆ ਤਿੰਨਾਂ ਦੀ ਜੋੜੀ ਜੱਜਦੀ ਆ ਬਾ ਕਮਾਲ ਜੀ। ਸੋ ਗਾਇਜ਼ ਇਹ ਸੀ ਅੱਜ ਦੀ ਵੀਡੀਓ। ਦੇਖੋ ਇਹਨਾਂ ਦੀ ਵੀਡੀਓ ਤੇ ਅਸੀਂ ਰਿਐਕਸ਼ਨ ਨਹੀਂ ਕਰਦੇ ਹੁੰਦੇ, ਅਸੀਂ ਇੰਜੋਏ ਕਰਦੇ ਹਾਂ ਇੱਕ ਤਰ੍ਹਾਂ ਦਾ, ਠੀਕ ਹੈ, ਰਿਵਿਊ ਨਹੀਂ ਕਰਦੇ ਕੋਈ, ਤੇ ਤੁਸੀਂ ਸਾਨੂੰ ਇੰਜੋਏ ਕਰਦੇ ਹੋ ਦੇਖ ਦੇਖ ਕੇ। ਤੇ ਬਸ ਇਹ ਸੀ ਅੱਜ ਦੀ ਵੀਡੀਓ। ਚੈਨਲ ਕਰ ਲਓ ਸਬਸਕ੍ਰਾਈਬ ਜਾਣ ਤੋਂ ਪਹਿਲਾਂ ਤਾਂ ਜੋ ਤੁਸੀਂ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੇਖ ਸਕੋ। ਮਿਲਦੇ ਤੁਹਾਨੂੰ ਕਿਸੇ ਹੋਰ ਵੀਡੀਓ, ਤਦ ਤੱਕ ਤੁਹਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।